ਏਮਜ਼ ਬਣਨ 'ਚ ਦੇਰੀ ਨੂੰ ਲੈ ਕੇ ਹਰਸਿਮਰਤ ਬਾਦਲ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ। ਬਠਿੰਡਾ ਵਿਖੇ ਏਮਜ਼ ਬਣਨ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਅਧਿਕਾਰੀਆਂ ਨੂੰ ਕੰਮ ਵਿੱਚ ਦੇਰੀ ਦਾ ਕਾਰਨ ਪੁੱਛਦੇ ਹੋਏ ਅਧੂਰੇ ਪਏ ਕੰਮਾਂ ਨੂੰ ਜਲਦ ਪੂਰਾ ਕਰਨ ਲਈ ਕਿਹਾ। ਹਰਸਿਮਰਤ ਕੌਰ ਬਾਦਲ ਅਨੁਸਾਰ ਅਧਿਕਾਰੀਆਂ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਕੰਮ ਨੂੰ ਜਲਦ ਹੀ ਪੂਰਾ ਕਰਵਾ ਦਿੱਤਾ ਜਾਵੇਗਾ। ਕਾਫੀ ਸਾਰੇ ਇਸ਼ੂਜ਼ ਸੀਗੇ, ਪੋਲਿਊਸ਼ਨ ਦੇ, ਕਲੀਅਰੈਂਸਿਸ ਦੇ, ਇਨਵਾਇਰਮੈਂਟ ਦੇ, ਕੁਝ CLU ਚਾਰਜਸ ਜਿਹੜੇ ਸੀਗੇ, ਕੁਝ ਬਿਜਲੀ ਦੇ ਸੀਗੇ, ਕੁਝ ਪਾਣੀ ਦੇ ਸੀਗੇ। ਸੋ ਇਹ ਸਾਰੇ ਇਸ਼ੂਜ਼ ਜਦ ਜੁਆਇੰਟ ਮੀਟਿੰਗ ਹੋਈ ਤਾਂ ਕਾਫੀ ਸਾਰੀ ਹੋਰ ਚੀਜ਼ਾਂ ਨਿਕਲ ਕੇ ਆਈਆਂ ਕਿ ਕੁਝ ਟਾਈਮ ਤੋਂ ਪਹਿਲੇ ਜੇ ਕਲੀਅਰੈਂਸਿਸ ਅਪਲਾਈ ਕਰ ਦਿਓ ਤਾਂ ਫਿਰ ਸਮਾਂ ਮਿਲ ਜਾਂਦੇ ਨੇ ਸਾਰੇ ਡਿਪਾਰਟਮੈਂਟਸ ਨੂੰ। ਅਤੇ ਜਿਹੜੇ ਚਾਰਜਸ ਹੈਗੇ ਉਹ ਵੇਵ ਆਫ ਕਰਨ ਵਾਸਤੇ ਕੁਛ ਤਾਂ MOU 'ਚ ਲਿਖੇ ਹੋਏ ਨੇ, ਕੁਛ ਜਦ MOU ਬਣਦਾ ਹੈ ਕਈ ਚੀਜ਼ਾਂ ਇੱਕ ਇੱਕ ਚੀਜ਼ ਦੀ ਡਿਟੇਲ ਤੋਂ ਹੁੰਦੀ ਨਹੀਂ ਹੈ। ਸੋ ਸਟੇਟ ਨੂੰ ਵੀ ਆਪਣਾ ਹਿੱਸਾ ਪਾਉਂਦੇ ਹੋਏ ਜਿਹੜੇ CLU ਦਾ ਕੋਪਰੇਸ਼ਨ ਮੰਗ ਰਹੀ ਹੈਗੀ, ਤਕਰੀਬਨ 3 ਕਰੋੜ ਰੁਪਏ ਜਿਹੜੀ ਮੰਗ ਰਹੀ ਹੈ, ਇਹ ਸਟੇਟ ਵੀ ਇਹਨਾਂ ਚੀਜ਼ਾਂ ਨੂੰ ਵੀ ਵੇਵ ਆਫ ਕਰੇ। ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ, ਡਿਪਾਰਟਮੈਂਟ ਦੇ ਸੈਕਟਰੀ ਨੂੰ ਤਾਂ ਗਈ ਹੋਈ ਹੈ, ਲੇਕਿਨ ਆਪਣੇ ਵੱਲੋਂ ਮੈਂ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖਾਂ। ਦੋਨੋਂ ਪਾਸਿਓਂ ਡਿਲੇ ਹੈਗਾ। ਜੇ ਜਿਹੜੀ ਕੰਪਨੀ ਕਰ ਰਹੀ ਹੈਗੀ ਉਹ ਬਿਲਕੁਲ ਟਾਈਮ 'ਚ ਆ ਕੇ ਉਸ ਟਾਈਮ ਅਪਲਾਈ ਕਰ ਰਹੀ ਹੈਗੀ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਆਪਣਾ ਟਾਈਮ ਚਾਹੀਦਾ ਹੈਗਾ ਕਲੀਅਰੈਂਸਿਸ ਲੈਣ ਵਾਸਤੇ। ਸੋ ਬੇਨਤੀ ਕੀਤੀ ਹੈ DC ਸਾਹਿਬ ਨੂੰ ਕਿ ਤੁਸੀਂ ਜੁਆਇੰਟ ਮੀਟਿੰਗ ਹਰ ਮਹੀਨੇ ਜੇ ਬੁਲਾਓਗੇ ਵਿੱਚ, ਜੇ ਮੇਰੇ APS ਵੀ ਹੋਣਗੇ ਤਾਂ ਮੈਨੂੰ ਵੀ ਪਤਾ ਲੱਗਦਾ ਰਹੂਗਾ ਕਿ ਦਿੱਲੀਓਂ ਕਿਹੜੀ ਕਲੀਅਰੈਂਸਿਸ ਲੇਟ ਹੋ ਰਹੀ ਹੈ, ਅਤੇ ਇਹਨਾਂ ਨੂੰ ਪਤਾ ਲੱਗਦਾ ਹੋਊਗਾ ਇੱਥੋਂ। ਤਾਂ ਆਪਾਂ ਰਲ ਮਿਲ ਕੇ ਇਸ ਪ੍ਰੋਜੈਕਟ ਨੂੰ ਆਪਾਂ ਕੰਪਲੀਟ ਕਰਨਾ ਹੈ ਜਿਵੇਂ ਕਿਵੇਂ। ਅਤੇ ਮੈਂ ਆਹ ਵੀ ਔਫਰ ਕੀਤਾ ਹੈ ਕਿ ਜਿਹੜੀ ਚੀਜ਼ 'ਚ ਡਿਲੇ ਹੋ ਰਹੀ ਹੈ ਪੈਸਿਆਂ ਕਰਕੇ, ਉਹ ਮੇਰੇ MP ਲਾਡ ਤੋਂ ਲਾ ਕੇ ਤੁਸੀਂ ਕੰਮ ਨਹੀਂ ਰੋਕਣਾ ਹੈਗਾ, ਆਪਾਂ ਕੰਮ ਨੂੰ ਅੱਗੇ ਵਧਾਈਏ। ਮੈਨੂੰ ਪੋਜ਼ਿਟਿਵ ਗੱਲ ਆਹ ਹੈਗੀ ਕਿ ਭਾਵੇਂ ਅਫਸਰ ਹੋਣ ਭਾਵੇਂ DC ਸਾਹਿਬ ਹੋਣ, ਸਾਰੇ ਇੱਥੇ ਲੋਕਾਂ ਦੀ ਮਨਸ਼ਾ ਇੱਕੋ ਹੀ ਹੈਗੀ ਕਿ ਇਹ ਏਮਜ਼ ਦਾ ਪ੍ਰੋਜੈਕਟ ਕਿਸੇ ਇਸ ਚੀਜ਼ 'ਚ ਡਿਲੇ 'ਚ ਨਾ ਫਸੇ, ਲੇਕਿਨ ਇਹਦੀ ਕਲੀਅਰੈਂਸਿਸ ਜਲਦ ਤੋਂ ਜਲਦ ਆਪਾਂ ਰਲ ਮਿਲ ਕੇ ਇੱਕ ਦੂਜੇ ਨੂੰ ਐਡਵਾਈਜ਼ ਕਰਕੇ, ਕਿਉਂਕਿ ਬਾਹਰ ਦੀ ਟੀਮ ਆਈ ਹੈ ਜਿਹੜੀ ਇੱਥੇ ਇੰਪਲੀਮੈਂਟ ਕਰ ਰਹੀ ਹੈਗੀ, ਉਹਨਾਂ ਨੂੰ ਕਈ ਚੀਜ਼ਾਂ ਜਿਵੇਂ ਲੋਕਲ ਚੀਜ਼ਾਂ ਨਹੀਂ ਪਤਾ ਹੁੰਦੀਆਂ, ਇੱਥੇ ਦੇ ਅਫਸਰ ਐਡਵਾਈਜ਼ ਕਰਨ ਅਤੇ ਉਹ ਜਲਦੀ ਜਲਦੀ ਉਹ ਚੀਜ਼ਾਂ ਦੀ ਐਪਲੀਕੇਸ਼ਨ ਕਰਨ 'ਤੇ। ਤੁਸੀਂ ਪੈਂਡਿੰਗ ਹੈਗੀ ਪੋਲਿਊਸ਼ਨ ਦੀ, ਇਨਵਾਇਰਮੈਂਟ ਦੀ, ਫੋਰੈਸਟ ਦੀ, ਇਹ 2-3 ਚੀਜ਼ਾਂ ਆ ਪਈ ਹੈ, ਕੁਛ ਬਿਜਲੀ ਦੀ, ਗ੍ਰਿਡ ਕਾ ਵੀ, ਗ੍ਰਿਡ ਦਾ ਕਿ ਵੀ ਇੱਕ ਲਾਈਨ ਸ਼ਿਫਟ ਕਰਾਉਣੀ ਹੈਗੀ, ਇੱਕ ਕਰਤੀ ਦੂਜੀ ਕੀਤੀ ਨਹੀਂ, ਗ੍ਰਿਡ ਬਣਨਾ ਹੈਗਾ, ਉਹਦੇ ਵਾਸਤੇ ਵੀ ਕੰਮ ਸ਼ੁਰੂ ਕਰਨਾ ਹੈਗਾ, ਅਪਰੋਚ ਰੋਡ ਦਾ ਕੰਮ ਸ਼ੁਰੂ ਕਰਨਾ ਹੈਗਾ, ਖਾਲ ਸਭ ਤੋਂ ਜ਼ਰੂਰੀ, ਕਿਉਂਕਿ ਜਿਸ ਦਿਨ ਇੱਥੇ ਗਰਾਊਂਡ ਬ੍ਰੇਕ ਕਰਨਗੇ ਉਸੇ ਦਿਨ ਮਿੱਟੀ ਮੁੱਟੀ ਸਾਰੀ ਲੈਵਲਿੰਗ 'ਚ ਸਾਰੇ ਖਾਲ 'ਚ ਪੈ ਜੂਗੀ, ਜਿਹਦੇ ਕਰਕੇ ਕਿਸਾਨਾਂ ਨੂੰ ਤਕਲੀਫ ਆਊਗੀ। ਸੋ ਖਾਲ ਦੇ ਇਮੀਡੀਏਟਲੀ ਫੰਡਸ ਦਿੱਤੇ ਜਾਣ, ਜਿਹਦੇ ਨਾਲ ਉਹ ਵੀ ਮੈਂ ਕਹਿਤਾ ਕਿ ਤੁਹਾਨੂੰ ਜੇ 20 ਲੱਖ ਰੁਪਏ ਖਾਲ ਦੇ ਵਾਸਤੇ ਡਿਪਾਰਟਮੈਂਟ ਤੋਂ ਨਹੀਂ ਮਿਲਦੇ, ਜੇ ਲੇਟ ਹੋ ਰਿਹਾ ਤੁਸੀਂ ਮੇਰੇ MP ਲਾਡ ਤੋਂ ਲਾਓ, ਲੇਕਿਨ ਆਪਾਂ ਕਿਸਾਨ ਨੂੰ ਵੀ ਤਕਲੀਫ ਨਾ, ਕਿਉਂਕਿ ਉਹ ਪਿੰਡ ਵੀ ਮੇਰੇ ਇਲਾਕੇ ਦਾ ਹੀ ਹੈਗਾ, ਜੋਧਪੁਰ ਰਮਾਨਾ ਪਿੰਡ, ਅਤੇ ਏਮਜ਼ ਵੀ ਮੇਰੇ ਪ੍ਰੋਜੈਕਟ ਹੈਗਾ।